ਪੁੱਤਰਾ ਇੱਥੋਂ ਹੁੰਦੀ ਆਪਣੇ ਦਿਨ ਦੀ ਸ਼ੁਰੂਆਤ। ਰੱਬਾ ਜੀ ਨੇ ਬਣਾਇਆ ਨਾ ਜਾਂਦਾ ਬਾਦਰ ਰੱਖੇ ਉਹਨੂੰ ਤਾਰ ਤੇ ਲੈ ਹੁਣ ਪਊਗੀ ਜੱਟ ਦੀ ਕੋਠੀ। ਆਏ ਹਾਏ ਦਵਾਈ ਦਵਾ ਲੈ ਮੈਨੂੰ ਮੈਨੂੰ ਠੀਕ ਨੀ ਲੱਗਦੀ ਲਿਆਂਦੀ ਗੋਲੀ ਲਿਆਂਦੀ ਖੜ ਜਾ ਬਾਬਾ ਦੁੱਧ ਦਾ ਦੂਜੀ ਹੋਣਾ ਦੁੱਧ ਪਿਆ ਦੂੰਗਾ ਬਾਲਣਾ ਪਾਣੀ ਨਾ ਪੀ ਵਾਲਾ ਦੁੱਧ ਵਧੀਆ ਕਹਿ ਉਹਨੂੰ ਦੁੱਧ ਬਣਾ ਪਤਲਾ ਬਣਾ ਕੱਲ ਕਿਹਾ ਸੀ ਵਧੀਆ ਦੀ ਉਹਨੇ ਵਧੀਆ ਡਾਕਟਰ ਦਵਾਈ ਦਵਾ ਲਿਆ ਪੁੱਤ ਮੈਨੂੰ ਮੈਂ ਬਾਹਰ ਹਾਂ ਹਾਂ ਸੀ ਠੀਕ ਨਹੀਂ ਹੈਗਾ ਮੇਰਾ ਬਾਈ ਨਾਲ ਯਾਰ ਦੁੱਧ ਵਧੀਆ ਪਾ ਲਿਆ ਕਰ ਯਾਰ ਟੋਪ ਦਾ ਦੁੱਧ ਪਾਉਣਾ ਤੈਨੂੰ ਚਲੋ ਠੀਕ ਹੈ ਗੱਲ ਮੈਨੂੰ ਪਤਾ ਬਾਪੂ ਦੀ ਦਵਾਈ ਚੱਲਦੀ ਬਿਮਾਰ ਰਹਿੰਦਾ ਯਾਰ ਕੋਈ ਨਾ ਆਏ ਨੀ ਦੋ ਰੁਪਏ ਵੱਧ ਹੀ ਲੈਣੀ ਯਾਰ ਘਰ ਦੁੱਧ ਨਾ ਕੋਈ ਨਾ ਦੁੱਧ ਯਾਰ ਪੂਰੀ ਗਰੰਟੀ ਹੈ ਸਵਾ ਨਹੀਂ ਇੱਕ ਘਰ ਦਾ ਪਤਾ ਕਰਾਂ ਦੇਖ ਲਈ ਕੋਈ ਨਾ ਮੈਂ ਦੇਖ ਲੂੰਗਾ ਦੋ ਰੁਪਏ ਵੱਧ ਹੋਊਗਾ ਪਤਾ ਕਰੂੰਗਾ ਬਾਕੀ ਹਾਂ ਜਿਹਦੀ ਪੂਰੀ ਵਧੀਆ ਫੈਂਟ ਹੋ ਜਾਵੇ ਉਹ ਪਤਾ ਕਰੂੰਗੀ ਬਾਕੀ ਇੱਥੇ ਅੱਗੇ ਭਾਈ ਤਿੰਨ ਪੈਂਦੀਆਂ ਨੇ ਅੱਜ ਦੋ ਤਾਂ ਪੈਣੇ ਚਾਹੀਦੇ ਨੇ ਘੱਟੋ ਘੱਟ ਨਹੀਂ ਸਾਡੇ ਢਿੱਡ ਕਿੱਥੋਂ ਪਲੂ ਮੈਂ ਵੀ ਘਰ ਬਣਾਉਣਾ ਲੋਕਾਂ ਨੇ ਪਾਲ ਪਾਲ ਕੇ ਆਪਣਾ ਕੀ ਬਣੂ ਮੈਂ ਬਣਦਾ ਦੁੱਧ ਫਿਰ ਮਾਰੋ ਮਾਰ ਪਾਲਦਾ ਅੰਦਰ ਹੀ ਆਇਆ ਭਾਈ ਅਮਨ ਤਾਂ ਇੱਧਰ ਕੰਮ ਕਰਦਾ ਆਇਆ ਅੰਦਰ ਹੀ ਅੰਦਰ ਹੀ ਆ ਕੇ ਪਾ ਜਾ ਇੱਥੋਂ
ਅਮਨ ਪੁੱਤ ਪਾਂਡਾ ਲਿਆ ਕੋਈ ਦੁੱਧ ਨੂੰ ਤੈਨੂੰ ਘਰ ਦਾ ਕਰਕੇ ਜਿੱਥੋਂ ਲੈਣ ਲੱਗਾ ਦੁੱਧ ਤਾਂ ਮੈਂ ਘਰ ਦੇ ਬੰਦ ਕਰਕੇ ਤਾਂ ਮੈਂ ਪੂਰਾ ਪਿਓਰ ਪਾਉਣਾ ਯਾਰ ਤੁਹਾਨੂੰ ਹੋਰ ਬਾਈ ਚਾਹ ਪਾਣੀ ਪੀ ਜਾ ਨਾ ਨਾ ਬਾਈ ਧੰਨਵਾਦ ਹਾਂ ਪੁੱਤ ਦੋ ਦਵਾਈ ਲਿਆ ਲਿਆ ਉਹਨੂੰ ਕਹਿ ਕੇ ਅੱਗੇ ਨੂੰ ਵਧੀਆ ਦੇ ਦੋ ਬਾਈ ਸਰੀਰ ਤਾਂ ਟੁੱਟਿਆ ਜਾਂਦਾ ਜਮਾ ਬਾਪੂ ਲੋਕ ਯਾਰ ਕੰਮ ਵੀ ਨੀ ਕਰਦੇ ਤੇ ਬੰਦਾ ਪੈਸੇ ਬਟਲੇ ਦੋ ਆਪ ਤਾਂ ਬਣੇ ਬੈਠੇ ਨੇ ਸਾਰੇ ਕਿੱਧਰ ਫੋਨ ਆ ਗਿਆ ਹੈਲੋ ਬਾਪੂ Thank you.
ਓਏ ਹਣੀ ਦੁੱਧ ਪਵਾ ਲਾ ਓਏ ਆ ਜਾ ਭਾਈ ਆ ਗਿਆ ਭਾਈ ਆ ਗਿਆ ਇੱਕ ਭਾਈ ਯਾਰ ਸਾਨੂੰ ਨਾ ਦੁੱਧ ਕਰ ਦੋ ਵੱਧ ਚਾਹੀਦਾ ਡੇਢ ਕਿਲੋ ਕੋਈ ਚੱਕਰ ਨਹੀਂ ਹਾਂ ਡਾਕਟਰ ਨੇ ਕਿਹਾ ਸੀ ਕਹਿੰਦਾ ਵੀ ਸਾਰੀ ਦਵਾਈ ਤਿੰਨ ਟਾਈਮ ਦੁੱਧ ਨਾਲ ਦੇਣੀ ਬਾਪੂ ਨੂੰ ਕੋਈ ਚੱਕਰ ਨਹੀਂ ਡੇਢ ਕਿਲੋ ਤੁਹਾਨੂੰ ਪਾ ਦਿਆ ਕਰੂੰ ਹਾਂ ਬਸ ਠੀਕ ਹੈ ਬਾਈ ਚੰਗਾ ਬਾਈ ਧੰਨਵਾਦ ਯਾਰ ਦੁੱਧ ਦੁੱਧ ਡੇਢ ਸਾਢ ਜੇ ਪੰਜ ਪਵਾਉਣੀ ਪਾਣੀ ਹੋਰ ਪਾਉਣਾ ਹੈਗਾ ਆਪਣੇ ਤੈਨੂੰ ਕੋਈ ਗੱਲਬਾਤ ਹੋ ਜਾਵੇ ਆਪਣਾ ਭਾਈਚਾਰਾ ਹੈਗਾ ਦੁੱਧ ਤਾਂ ਹੋ ਗਿਆ ਤਿਆਰ ਡੇਢ ਲੀਟਰ ਕਰਦਾ ਜੇ ਪੰਜ ਪਵਾਲਿਆ ਕਰੇ ਦੁੱਧ ਤਾਂ ਘੱਟ ਹੈਗਾ ਆਰਡਰ ਹੀ ਪਾਉਣਾ ਕਰੂੰ
ਗੱਲ ਦੀ ਪਰਵਾਹ ਨਾ ਮੰਨ ਯਾਰ, ਉਹ ਤਾਂ ਦੂਜਾ ਤਾਂ ਆਪ ਹੈਗਾ ਯਾਰ, ਖਾਸ ਖਾਸ ਤਰ੍ਹਾਂ ਦੋ ਚਾਰ ਘਰਾਂ ਦਾ ਤੈਨੂੰ ਪਾਉਣਾ। ਅੱਛਾ ਉਹ ਦੂਜਾ ਇੱਧਰ ਆ। इस वीडियो राही असी तुहानू एक बेनती करना चाहते हैं, जिस बेनती विच असी एक संदेश दे रहे हैं कि खाण पीण दी चीज़ां विच मिलावट ना करो। दुध तां असी सिर्फ एक जरिया बनाया है, असल विच मिलावट हर उस पदार्थ विच है जो एक मनुख नू लोड़ है अपने शरीर नू चलाउण दे लई। सो मेरे वीरियो, खाण पीण दी चीज़ां विच मिलावट ना करो, ताकि साडी एक पीढ़ी बच सके, साडी जो एक मनुखता बच सके।